ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਪੰਜਵੜ। ਪੰਜਵੜ ਪਿੰਡ ਦੋਸਤੋ, ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ। ਪਹਿਲਾਂ ਕਾਫੀ ਵੀਡੀਓ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਦੋਸਤੋ, ਪਸ਼ੂ ਵਪਾਰ ਦਾ ਕੰਮ ਆ, ਵੀਰ ਭਿੰਦੇ ਦੇ ਘਰ ਆਏ ਹਾਂ। ਸੋ ਅੱਜ ਦੋਸਤੋ ਇਸ ਕਵਰੇਜ ਵਿੱਚ ਟੋਟਲ ਤੁਹਾਨੂੰ 4 ਬੈੜਾਂ ਦਿਖਾਉਣੀਆਂ, 2 ਬੈੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ, 2 ਗੱਬਣ। ਸੋ ਐਨੀਮਲ ਚੋਂ ਦੀ ਆਪਾਂ ਡਿਟੇਲ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਸੋ ਦੋਸਤੋ, ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਣੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਮਿਲ ਸਕੇ। ਸੋ ਦੋਸਤੋ, ਝਬਾਲ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਪੰਜਵੜ ਦੀ। ਪੰਜਵੜ ਪਿੰਡ ਤੋਂ ਜਿਹੜੀ ਸੜਕ ਦੋਸਤੋ ਪਿੰਡ ਭੋਜੀਆਂ ਨੂੰ ਜਾਂਦੀ ਆ, ਇਸ ਸੜਕ ਦੇ ਉੱਪਰ ਵੀਰ ਹੋਣਾ ਦੇ ਘਰ, ਅਤੇ ਭਿੱਖੀ ਪਿੰਡ ਤੋਂ ਵੀ ਕੋਈ 10-12 ਕੁ ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਪੰਜਵੜ, ਅਤੇ ਤਰਨ ਤਾਰਨ ਸਾਹਿਬ ਤੋਂ ਕੋਈ 18-17 ਕਿਲੋਮੀਟਰ ਦੀ ਦੂਰੀ ਆ। ਅਤੇ ਬਾਕੀ ਆਓ ਘਰ ਆਣ ਕੇ ਆਪਣੀ ਨਰਖ ਪਰਖ ਕਰੋ, ਤਸੱਲੀ ਕਰੋ, ਜਿੰਨੇ ਵੀ ਪਸ਼ੂ ਦਿਖਾਵਾਂਗੇ। ਜੇਕਰ ਕੋਈ ਵੀਰ ਗੱਭਣ ਪਸ਼ੂ ਖਰੀਦਦਾ ਤਾਂ ਬਿਲਕੁਲ ਤਿਪ ਕੇ ਚੌਂ ਥਣਾਂ ਦੀ ਤਸੱਲੀ ਕਰਕੇ ਲੈ ਕੇ ਜਾਇਓ। ਜੇਕਰ ਕੋਈ ਦੋਸਤੋ ਵੀਰ ਸੋਇਆ ਸੋਇਆ ਪਸ਼ੂ ਖਰੀਦਦਾ ਤਾਂ 2 ਡੰਗ ਚੋ ਕੇ ਆਪਣਾ ਤਸੱਲੀ ਜ਼ਰੂਰ ਕਰਿਆ ਕਰੋ। ਆਪਣੀ ਹਰ ਵਾਰ ਸਾਰੇ ਵੀਰ ਖਰੀਦਦਾਰਾਂ ਨੂੰ ਬੇਨਤੀ ਹੁੰਦੀ ਆ, ਆਓ ਲੈਂਦੇ ਹਾਂ ਜਾਣਕਾਰੀ। ਸਭ ਤੋਂ ਪਹਿਲਾਂ ਵੀਰ ਭਿੰਦੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸਭ ਠੀਕ ਠਾਕ ਜੋ? ਠੀਕ ਠਾਕ ਵੀਰ, ਹੋਰ ਸੁਣਾਓ? ਵਧੀਆ ਵਧੀਆ ਭਾਅ ਜੀ, ਵਧੀਆ ਜੀ। ਠੀਕ ਠਾਕ ਚੱਲੀ ਜਾਂਦੇ ਕੰਮ ਕਾਰ? ਵਧੀਆ ਜੀ, ਵਧੀਆ ਚੱਲੀ ਜਾਂਦੇ, ਵਧੀਆ ਭਾਅ ਜੀ। ਚਲੋ ਚੰਗੇ ਆ ਜੀ। ਹਾਂਜੀ, ਸੋ ਕਾਫੀ ਭੈਣ ਭਰਾ ਜੁੜ ਗਏ ਹੋਣਗੇ ਨਾਲ? ਹਾਂਜੀ ਹਾਂਜੀ, ਠੀਕ ਆ ਜੀ। ਹਾਂਜੀ, ਤੇ ਇਸੇ ਤਰ੍ਹਾਂ ਮਾਲ ਹੁਣ ਫਿਰ ਰੋਜ਼ ਹੀ ਆਉਂਦਾ, ਨਵਾਂ ਹੀ ਆਉਂਦਾ? ਰੋਜ਼ ਹੀ, ਰੋਜ਼ ਹੀ ਭਾਅ ਜੀ, ਰੋਜ਼ ਹੀ ਆਉਂਦਾ। ਠੀਕ ਆ ਜੀ। ਹਾਂਜੀ, ਤੇ ਅੱਜ ਵੀਰ ਪਿੰਦਾ ਜਿੱਦਾਂ ਕਿ ਆਪਾਂ ਜ਼ਿਕਰ ਕੀਤਾ ਹੈ, 4 ਬੈੜਾਂ, 2 ਸੂਈਆਂ, 2 ਗੱਬਣ। ਹਾਂਜੀ, 2 ਸੂਈਆਂ, 2 ਗੱਬਣ। ਤੇ ਜਿਹੜੀਆਂ ਸੂਈਆਂ ਬੈੜਾਂ ਆਪਣੇ ਕੋਲੋਂ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਆ ਵੈਸੇ? ਇੱਕ ਤਾਂ ਰਾਤੀ ਬੈੜ ਸੂਈ ਆ, ਤੜਕੇ ਸੂਈ 4 ਵਜੇ। ਠੀਕ ਹੈ ਜੀ, ਤੇ ਇੱਕ ਨੂੰ ਹੋ ਗਏ ਆ 4-5 ਦਿਨ ਹੋਏ ਆ। 4-5 ਦਿਨ ਦਾ ਸਮਾਂ ਹੋ ਗਿਆ? ਹਾਂਜੀ, 4-5 ਦਿਨ ਹੋ ਗਏ ਆ ਜੀ। ਠੀਕ ਹੈ ਜੀ। ਹਾਂਜੀ, ਤੇ ਜਿਹੜੀਆਂ ਸੂਣ ਵਾਲੀਆਂ ਵੀ ਹਫ਼ਤੇ ਅੰਦਰ ਸੂ ਪੈਣਗੀਆਂ ਕਿ 10 ਦਿਨ? ਹਫ਼ਤੇ ਤੋਂ ਅੰਦਰ ਹੀ ਆ, ਹਫ਼ਤੇ ਕੁ ਤੱਕ। ਹਾਂਜੀ ਹਾਂਜੀ, ਠੀਕ ਹੈ ਜੀ। ਲਓ ਦੋਸਤੋ, ਇਕੱਲੇ ਇਕੱਲੇ ਐਨੀਮਲ ਦੀ ਡਿਟੇਲ ਆਪਾਂ ਸਾਂਝੀ ਕਰ ਦਿਆਂਗੇ, ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਮੇਰਾ ਵੀਰ, ਤਾਂ ਜੋ ਦੋਸਤੋ ਜਿਹੜਾ ਵੀ ਖਰੀਦਦਾਰ ਨੇ, ਜਿਹੜਾ ਵੀ ਐਨੀਮਲ ਖਰੀਦਣਾ ਪਸੰਦ ਆਉਂਦਾ ਤੁਹਾਡੇ, ਉਹਦੀ ਪ੍ਰੋਪਰ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਮਿਲ ਸਕੇ। ਆਓ ਵੀਰ ਪਿੰਦਾ, ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਈਏ। ਜਿਹੜੀ ਆਹ ਬੈੜ 1 ਨੰਬਰ ਤੇ ਆਪਣੇ ਕੋਲ ਖੜੀ ਆ, ਹਾਂਜੀ, ਇਹ ਸੂਈ ਆ ਤੇ ਕਿੰਨੇ ਕੁ ਦਿਨ ਦੱਸ ਰਿਹਾ ਜਿਹਨੂੰ ਹੋ ਗਈ ਇਹਨੂੰ? ਭਾਜੀ ਤੜਕੇ 4-5 ਵਜੇ ਸੂਈ ਆ ਅੱਜ ਹੀ? ਹਾਂਜੀ, ਤੜਕੇ ਸੂਈ ਆ ਤੇ ਜੇਰ ਜੂਰ ਵਧੀਆ ਪਾਤੀ ਆ। ਠੀਕ ਹੈ ਜੀ। ਜੇ ਕੋਈ ਵੀਰ ਵੀਡੀਓ ਮੰਗੂਗਾ ਤਾਂ ਆਪਾਂ ਪਾ ਦਾਂਗੇ। ਠੀਕ ਆ ਜੀ। ਹਾਂਜੀ, ਇੱਕ ਚਵਾਈ ਹੋਈ ਆ ਸਵੇਰੇ ਦੀ, ਮਾਰਨਿੰਗ ਅੱਜ ਪਹਿਲੀ ਚਵਾਈ ਹੋਈ ਆ? ਹਾਂ, ਪਹਿਲੀ ਚਵਾਈ ਹੋਈ ਆ। ਠੀਕ ਆ ਵੀ 6-7 ਕਿਲੋ ਆਪਾਂ ਬੋਲਾ ਕੱਢਿਆ ਵਾ। ਠੀਕ ਆ ਜੀ। ਹਾਂਜੀ, ਲਓ ਦੋਸਤੋ ਇੱਕ ਵਾਰੀ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਓ, 3 ਵਜੇ ਦਾ ਹੁਣ ਸਮਾਂ ਹੈ ਦੁਪਹਿਰ ਦੇ। ਬਾਕੀ ਟਾਈਮ ਤੋਂ ਟਾਈਮ ਕੋਈ ਵੀਰ ਚੋ ਕੇ ਆਪਦੀ ਤਸੱਲੀ ਕਰ ਸਕਦਾ, ਵੈਸੇ ਬੌਲੇ 'ਤੇ ਆ, ਬੌਲੇ ਤਾਂ ਬੇਸ਼ੱਕ ਕੋਈ ਧਾਰਾ ਮਾਰ ਕੇ ਵੀ ਤੁਸੀਂ ਲੈ ਜਾਓਗੇ। ਬਾਕੀ ਦੋਸਤੋ ਦੁੱਧ ਅੱਗੇ ਚੰਗੀ ਸੇਵਾ ਨੇ ਕਰਨਾ, ਅਤੇ ਬਾਕੀ ਕੱਦ ਕਾਠ ਵੀ ਵੱਡਾ ਬੈੜ ਦਾ, ਥਣ ਥੁਣ ਤੁਸੀਂ ਵੇਖੋ, ਹੱਥੀ ਚਵਾਈ ਦਾ ਮੁੱਠੀ ਥਾਣਾ। ਅੱਛਾ, ਸੂਆ ਦੂਜਾ ਹੀ ਹੈ ਜੀ? ਹਾਂਜੀ ਭਾਅ ਜੀ, ਚੌਗੀ ਹੈ ਮੈਡਮ, ਮੂੰਹੋਂ ਚੌਗੀ ਆ। ਹਾਂਜੀ, 4 ਦੰਦ ਭਾਅ ਜੀ। ਪਹਿਲਣ ਪਹਿਲਣ ਹੋਊਗੀ ਫਿਰ? ਪਹਿਲਣ ਪਹਿਲਣ ਭਾਅ ਜੀ, ਪਹਿਲਣ। ਹਾਂਜੀ, ਲਓ ਦੋਸਤੋ ਪਹਿਲਣ ਵੱਛੀ ਆ, ਪਹਿਲਣ ਬੈੜ ਆ, ਮੂੰਹੋਂ 4 ਦੰਦ, ਮਗਰ ਬੱਚਾ ਇਹਦਾ ਕੀ ਆ ਗਿਆ? ਮਗਰ ਭਾਅ ਜੀ ਵੱਛੀ ਆ, ਆਹ ਸਾਹਮਣੇ ਬੈਠੀ। ਹਾਂਜੀ, ਆਹ ਸਾਹਮਣੇ। ਲਓ ਜੀ ਵੱਛੀ ਆ ਮਗਰ, ਠੀਕ ਆ ਜੀ, ਹਾਂਜੀ, ਆਪ ਵੀ ਵੱਛੀ ਆ ਦੋਸਤੋ, ਮਗਰ ਵੀ ਵੱਛੀ, ਆਹ ਕਰੋ ਚੈੱਕ, ਠੀਕ ਆ, ਨਾੜੂ ਤਾਂ ਬਿਲਕੁਲ ਬੱਚਾ। ਅੱਜ ਮਾਰਨਿੰਗ ਤੇ ਜੇਰ ਜੂਰ ਦੀ ਪ੍ਰੋਪਰ ਵੀਡੀਓ ਬਣੀ ਪਈ ਆ, ਕੋਈ ਵੀਰ ਚਾਹਵਣ ਹੋਇਆ ਤੇ ਜੇਰ ਦੀ ਪ੍ਰੋਪਰ ਤੁਸੀਂ ਸ਼ਾਰਟ ਜਿਹੜੀ ਵੀਡੀਓ ਆ ਉਹ ਵੀ ਮੰਗਵਾ ਸਕਦੇ ਜੇ, ਲਿਆਓ ਵੀਰ ਖੋਲ ਕੇ ਤੋਰ ਦਈਏ। ਸੋ ਕੱਦ ਕੁੱਦ ਚੰਗਾ ਸੋਹਣਾ, ਪ੍ਰਿੰਟ ਵਧੀਆ ਦੋਸਤੋ, ਡੱਬੀ ਵੱਛੀ ਆ, ਵੈਸੇ ਵੀ ਕਾਫੀ ਵੱਡੀ ਤਾਦਾਦ ਵਿੱਚ ਜਿਹੜੀ ਦੋਸਤੋ ਮੰਗ ਹੈਗੀ ਆ, ਬਹੁਤ ਖਰੀਦਦਾਰ ਵੀਰ ਚਾਹੁਣ ਵਾਲੇ ਹੈਗੇ ਆ ਵੀ ਇਹੋ ਜਿਹਾ ਪਸ਼ੂ ਨਿਕਲੇ ਤਾਂ ਜ਼ਰੂਰ ਖਰੀਦੀਏ, ਵੱਡੀ ਬੈੜ ਆ। ਬਾਕੀ ਥਣ ਥੂਣ ਦੀ ਜੇਕਰ ਦੋਸਤੋ ਗੱਲ ਕਰ ਲਈਏ, ਮੋਸਟਲੀ ਕੀ ਵੇਖਣ ਦੇ ਵਿੱਚ ਆਉਂਦਾ ਵੀ ਕਈ ਵਾਰ ਅਗਲੇ ਥਣ ਵੱਡੇ ਅਤੇ ਮਗਰਲੇ ਥਣ ਛੋਟੇ ਜਿਹੇ ਦਿਖਾਈ ਦਿੰਦੇ ਆ, ਪਰ ਇੱਥੇ ਬਿਲਕੁਲ ਉਲਟ ਕੰਮ ਆ, ਵੀ ਇੱਕੋ ਜਿਹੇ ਥਣ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਿਲਕੁਲ ਐਨ ਬਰਾਬਰ, ਅਤੇ ਥਣ ਵੀ ਪੂਰੇ ਹੱਥੀ ਚਵਾਈ ਵਾਲੇ ਆ। ਠੀਕ ਆ ਜੀ।
ਤੇ ਸੋ ਬਾਕੀ ਇੱਕ ਵਾਰੀ ਕੱਦ ਕੁੱਦ ਤੁਸੀਂ ਆ ਨੋਟ ਕਰ ਲਓ ਆਪਦਾ, ਠੀਕ ਆ। ਸੋ ਮੱਥੇ ਮੁੱਥੇ ਦੇ ਵਿੱਚ ਬਹੁਤ ਸੋਹਣਾ ਬਲੇਜ ਜਿਹਾ ਬਣਿਆ, ਕੰਨ ਕੁੰਨ ਛੋਟੇ ਆ, ਐਚ ਐਫ ਬਰੀਡ ਦੇ ਵਿੱਚ, ਠੀਕ ਆ ਵੀਰ ਪਿੰਦੇ ਤੋਰ ਲਈਏ। ਸੋ ਬਾਕੀ ਦੋਸਤੋ ਵਾਰ ਵਾਰ ਜ਼ਿਕਰ ਕਰਨਾ ਬਣਦਾ ਵਾ ਕਿ ਥਣ ਥੁਣ ਦੀ ਬਹੁਤ ਸੋਹਣੀ ਕੁਆਲਿਟੀ ਆ, ਅਤੇ ਆਹ ਤੁਸੀਂ ਵੇਖ ਸਕਦੇ ਜੀ ਉਲਟ ਬਹਿਣੀ ਵਾਲੇ ਪਾਸਿਓਂ, ਠੀਕ ਆ ਜੀ। ਇੱਕ ਸੈਂਟਰ 'ਚ ਬੱਚਾ ਜਿਹਾ ਮਾੜਾ ਜਿਹਾ ਲੱਗਾ ਤੁਹਾਨੂੰ ਨਜ਼ਰ ਆਊਗਾ ਮੋਸਟਲੀ, ਹਾਂਜੀ ਹਾਂਜੀ ਉਹ ਨਹੀਂ ਭਾਅ ਜੀ ਚੱਲਦਾ ਨਹੀਂ, ਠੀਕ ਆ ਜੀ, ਕੋਈ ਸਰੂ ਨਹੀਂ ਹੈਗਾ ਗਾ ਵੈਸੇ ਬੱਚਾ ਜਿਹਾ ਹੀ ਹੈ, ਅਤੇ ਚਾਰ ਥਾਂ ਆ ਚਾਰੇ ਥਾਂ ਵਰਤਦੇ ਆ। ਅਤੇ ਭਿੰਦੇ ਵੀਰ ਕੀ ਮੰਗ ਕਰਦੇ ਆ? ਮੰਗ ਤਾਂ ਭਾਅ ਜੀ ਜੋ ਮਰਜ਼ੀ ਕਰੀਏ, 85 'ਚੋਂ ਮਾਨਦਾਨ ਕਰ ਦਾਂਗੇ, 85,000 ਕਰਦੇ ਹਾਂ ਮਾਨਦਾਨ ਕਰ ਦਾਂਗੇ, ਠੀਕ ਹੈ ਜੀ। 80,000 ਦੀ ਵੈੜ ਦੇ ਦਾਂਗੇ, 80 ਦੀ, ਹਾਂਜੀ। ਇਹ ਤੋਂ ਥੱਲੇ ਨਹੀਂ ਹੁੰਦੀ? ਇਹਚੋਂ ਥੱਲੇ ਕਰ ਦਾਂਗੇ ਮਾਨਤਾਂ, ਜਿਹੜੇ ਵੀਰ ਨੇ ਦੂਰੋਂ ਆਉਣਾ ਜ਼ਰੂਰ ਕਰ ਦਾਂਗੇ ਮਾਨਤਾਂ, ਜ਼ਰੂਰ ਜ਼ਰੂਰ, ਹਾਂਜੀ। ਚਾਰ ਦੰਦ ਮੂੰਹੋਂ, ਠੀਕ ਹੈ ਜੀ, ਹਾਂਜੀ, ਠੀਕ ਆ। ਲਓ ਦੋਸਤੋ 80,000 ਦੇ ਵਿੱਚੋਂ ਮਾਨਤਾਂ ਨੂੰ ਹੋਜੂਗਾ, ਡਿਮਾਂਡ ਜਿੰਨੀ ਵੀ ਹੋਵੇ 85 ਹੋਵੇ, ਜਿੰਨੀ ਵੀ ਉੱਪਰ ਹੋਵੇ, ਪਰ 80 ਚੋਂ ਮਾਨਤਾਂ ਨੂੰ ਹੋਜੂਗਾ। ਬਾਕੀ ਕੋਈ ਖਰੀਦਦਾਰ ਵੀਰ ਆਵੇ, ਆਪਦੀ ਨਰਕ ਪਰਖ ਕਰਿਓ, ਮੂੰਹੋਂ ਚੌਗੀ ਆ, ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਇੱਥੇ ਆਣ ਕੇ, ਠੀਕ ਆ। ਲੈ ਠੀਕ ਆ ਵੀਰ, ਅਤੇ ਅਗਲੀ ਆ ਗਈ ਬੈਡ, ਹਾਂਜੀ। ਇਹ ਵੀ ਸੂਈ ਆ ਜੀ? ਨਹੀਂ ਇਹ ਭਾਅ ਜੀ ਗੱਬਣ ਵਾ ਜੀ, ਇਹ ਗੱਬਣ, ਹਾਂਜੀ, ਠੀਕ ਆ। ਅਤੇ ਇਹ ਪਿੰਦੇ ਬਾਈ ਕਿੰਨਵਾਂ ਸੂਆ ਫਿਰ ਅੱਗੇ ਸੂਟ? ਇਹ ਵੀ ਭਾਅ ਜੀ ਪਹਿਲਾ ਸੂਆ ਵਾ, ਪਹਿਲਾ, ਹਾਂਜੀ। ਅੱਛਾ, ਇਹ ਵੀ ਚਾਰ ਦੰਦ ਮੂੰਹ ਆ, ਚੌਗੀ ਆ, ਹਾਂਜੀ। ਉਹ ਕੱਲੀਆਂ ਕਹਿਣ ਵਾਲੀਆਂ ਗੱਲਾਂ ਤਾਂ ਨਹੀਂ ਭਾਅ ਜੀ? ਨਹੀਂ ਭਾਅ ਜੀ, ਆ ਅੱਛਾ ਜੀ, ਲਓ ਵੀ ਆ ਲਓ ਜੀ, ਠੀਕ ਆ ਜੀ। ਚੌਕ ਦੇ ਜਿਹੜੇ ਦੰਦ ਦੋਸਤੋ ਬਿਲਕੁਲ ਬਰਾਬਰ ਕਰ ਲਏ ਆ, ਠੀਕ ਆ ਜੀ। ਛੇਕ ਦੇ ਅਤੇ ਕੰਨੀ ਵਾਲੇ ਦੰਦ ਹਜੇ ਦੁੱਧ ਦੰਦ ਆ, ਅਤੇ ਸ਼ੋਰ ਕਰਨਾ ਵੀ ਬਣਦਾ, ਕਿਉਂਕਿ ਇਹ ਨਾ ਹੋਵੇ ਵੀ ਬਹੁਤੇ ਵੀਰ ਸੋਚਣ ਵੀ ਵਪਾਰੀ ਵੀਰ ਗਈ ਜਾਂਦੇ ਆ ਚੌਕ ਦੇ ਆ ਦੁੰਦੀ ਆ, ਅਤੇ ਕੱਲੀਆਂ ਗੱਲਾਂ 'ਚ ਹੀ ਰਹਿ ਜੇ ਕੰਮ। ਅਤੇ ਕੱਦ ਕੁੱਦ ਚੰਗਾ ਸੋਹਣਾ ਬੈਠ ਦਾ, ਵੱਡੇ ਕੱਦ ਕੱਢ ਦੇ ਵਿੱਚ ਆ, ਪਹਿਲਾ ਸੂਆ ਇਹਨੇ ਵੀ ਪਹਿਲਾਂ ਨਹੀਂ ਸੁਣਾ? ਹਾਂਜੀ ਹਾਂਜੀ ਪਹਿਲਾਂ ਨਹੀਂ ਸੁਣਾ ਭਾਅ ਜੀ ਇਹਨੇ, ਪਹਿਲਾਂ ਨਹੀਂ ਬੱਚੀ ਦੋਸਤੋ, ਅੱਗੇ ਸੁਣ ਜਾ ਰਹੀ ਆ। ਕੱਦ ਕੁੱਦ ਬਹੁਤ ਵੱਡਾ, ਬਾਕੀ ਕੱਦ ਕੁੱਦ ਫੁੱਲ ਲਾਰਜ ਵੱਡੀ ਬੈਡ ਆ, ਠੀਕ ਆ ਜੀ। ਇਹ ਜ਼ਰੂਰ ਤੁਸੀਂ ਧਿਆਨ ਧਰ ਕੇ ਮੇਰਾ ਵੀਰ ਕੋਈ ਸੌਦਾ ਕਰਿਓ, ਜਿੱਦਾਂ ਆਪਾਂ ਨੋਰਮਲ ਇੱਕ ਫਾਰਮ ਵਾਲੀਆਂ ਬੈਡਾਂ ਦੇਖਦੇ ਹਾਂ। ਹਾਂਜੀ ਤੋਰ ਲਈਏ ਜੀ, ਤਾਂ ਦਿਨ ਵੀਰ ਲੈ ਜੂ ਇਹ 8-7 ਅਜੇ ਭਾਅ ਜੀ, 8-5-7 ਦਿਨ ਲੈ ਹੀ ਜਾਣੇ ਨੇ, ਹਫ਼ਤਾ ਹੀ ਮੰਨ ਕੇ ਚੱਲੀ ਗਿਆ, ਵੇਖੋ ਤੇ ਵੀ ਖੜ ਸਕਦੀ ਆ। ਬਾਕੀ ਰਿਕਾਰਡ ਕੂੜ ਦੱਸਿਆ ਕੋਈ ਚੰਗਾ ਮਦਰ ਮੁਦਰ ਦਾ? ਬਾਕੀ ਜਿਹੜੇ ਤੋਂ ਲੱਗਦਾ ਵੀ ਬਾਬਾ ਖਲਾਰਾ ਜਿਹਾ ਕਰੂ ਕਰਮ ਵਾਲੀ ਤਿਆਰ, 30 ਦੁੱਧ 30 ਕਿਲੋ ਦਿੰਦੀ ਰਹੀ ਆ। ਅੱਛਾ ਜੀ, ਬਾਕੀ ਵੇਖੋ ਭਾਅ ਜੀ, ਬਾਕੀ ਵੱਡੀ ਵੈੜ ਆ, ਦੇਣਾ ਚਾਹੀਦਾ ਇਹਨੂੰ ਵੀ, ਆਹ ਖਾਣ ਭਾਂਡਾ ਬਹੁਤ ਵਧੀਆ ਖੁੱਲ੍ਹਾ ਵੱਡਾ ਵਾ। ਸੋ ਦੋਸਤੋ ਕੋਈ ਛੋਟੀ ਜਿਹੀ ਲੇਬਟੀ ਨਹੀਂ ਬਣਾ ਰਹੀ, ਬਾਕੀ ਨੋਰਮਲੀ ਇੱਕ ਜੱਜਮੈਂਟ ਕਰ ਸਕਦੇ ਜੇ ਤੁਸੀਂ ਵੀ ਲੇਵਾ ਢਿੱਲਾਂ ਢੁੱਲਾਂ ਦੱਸਦੀਆਂ ਪਈਆਂ ਵੀ ਕੋਈ ਬਾਹਲੀਆਂ ਭਲਾਂ ਦੇ ਵਿੱਚ ਨਹੀਂ, ਮੈਂ ਕਹੂੰਗਾ ਬਿਲਕੁਲ ਨਿੱਗਰ ਜਿਹਾ ਲੇਵਾ ਤਿਆਰ ਕਰੂਗੀ, ਥੋੜ੍ਹੀ ਬਹੁਤੀ ਦਰਮਿਆਨੀ ਕੋਈ 10 ਪੈਸੇ ਕੋਈ ਭਲ ਭੁਲ ਵੇਖਣ ਦੇ ਵਿੱਚ ਨਜ਼ਰ ਆ ਜੇ ਤਾਂ ਆ ਜੇ। ਬਾਕੀ ਤੁਸੀਂ ਆ ਵੇਖੋ, ਆਹ ਦੇਖੋ ਜੀ ਥਣ ਥੁਣ ਦੀ ਕੁਆਲਿਟੀ, ਠੀਕ ਹੈ ਜੀ। ਅੱਛਾ ਭਿੰਦੇ ਭਾਈ ਹੱਥੀ ਚਵਾਈ ਦਾ ਥਣ ਨਿਕਲ ਕੇ ਸਾਹਮਣੇ ਆਊਗਾ? ਹਾਂ ਜੀ ਪੂਰਾ ਵੀ ਅਰੇ ਭਲ ਭੁਲ ਥੋੜ੍ਹੀ ਬਹੁਤੀ ਪਈ ਆ, ਬਾਕੀ ਚਵਾਈ ਵਾਲਾ ਥਣ ਜਦੋਂ ਵੈੜ ਨੇ ਦੁੱਧ ਦੁੱਧ ਪਾ ਲਿਆ ਥਣਾਂ 'ਚ, ਪੂਰਾ ਕੱਢੂਗੀ ਥਣ। ਲਓ ਜੀ ਕਰੋ ਚੈੱਕ, ਬਾਕੀ ਹੈ ਵੱਡੀ ਆ, ਵੱਡੀ ਫੁੱਲ ਵੱਡੀ ਆ, ਹਾਂਜੀ ਚਾਰ ਦੰਦ ਮੂੰਹ ਆ, ਕਹਿਣ ਵਾਲੀ ਗੱਲ ਨਹੀਂ ਹੈ, ਜਿਹੜਾ ਵੀਰ ਨੇ ਲੈਣੀ ਆ ਆਪਣਾ ਫੜ ਕੇ ਮੂੰਹ ਵੇਖੇ। ਲਓ ਜੀ ਫੇਸ ਕੁਆਲਿਟੀ ਦੇਖੋ। ਸੋ ਦੋਸਤੋ ਮੋਸਟਲੀ ਕੀ ਵੀ ਕਰਦੇ ਆ ਵੀ ਕਈ ਨਾ ਚੈੱਕ ਚੁੱਕ ਨਹੀਂ ਕਰਦੇ ਹੈਗੇ, ਫਿਲਹਾਲ ਚਲੋ ਆਪਣਾ ਫਰਜ਼ ਬਣਦਾ ਵੀ ਆਪਾਂ ਜਿੰਨਾ ਵੀ ਹੋ ਸਕਦੇ ਹਾਂ ਕਿਸੇ ਵੀਰ ਨੂੰ ਗਾਈਡ ਕਰ ਦਈਏ, ਦੱਸ ਦਈਏ ਸਹੀ, ਜੇ ਚੌਕੀ ਹੈ ਤਾਂ ਅੱਗੋਂ ਮਾਲਕ ਉਹਨਾਂ ਆਪ ਹੀ ਵਪਾਰੀ ਵੀਰ ਦੱਸ ਦਿੰਦੇ ਆ, ਕਿਉਂਕਿ ਸਾਰੇ ਜਿਹੜੇ ਦੋਸਤੋ ਤਜਰਬੇਕਾਰ ਬੰਦੇ ਆ। ਅਤੇ ਕੱਦ ਵਜਨ ਵੀ ਪੂਰਾ, ਹਾਈਟ ਕੱਦ ਵੀ ਕਾਫੀ ਸੋਹਣਾ, ਵਜਨ ਵਜਨ ਪੂਰਾ ਬੈਠ ਦਾ, ਇਸ ਕਰਕੇ ਤੁਸੀਂ ਇਹ ਤੱਕ ਰੱਖ ਕੇ ਵੀ ਵਜਨ ਲੋਡ ਪੂਰਾ, ਅਤੇ ਲਿਆਓ ਵੀਰ ਤੋਰ ਦਈਏ।
ਠੀਕ ਆ। ਬਾਕੀ ਪੂਰਾ ਤੋਰਾ ਤਾਰਾ ਤੁਸੀਂ ਵੇਖ ਕੇ ਚੈੱਕ ਕਰੋ। 7 ਕੁ ਦਿਨ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰੇ 7 ਕੁ ਦਿਨ ਖਿੱਚ ਕੇ ਲੈਂਦੀ ਆ, ਅਤੇ ਬਾਕੀ ਕਰਮਾਂ ਵਾਲੀ ਬਣੂਗੀ ਕਾਫੀ ਖੁੱਲ੍ਹਾ, ਲੇਵਾ ਖੁੱਲ੍ਹਾ ਤਿਆਰ ਕਰੂਗੀ। ਆ ਲਓ ਠੀਕ ਆ ਜੀ। ਸੋ ਕਾਫੀ ਸੋਹਣੀ ਬੈੜ ਆ ਦੋਸਤੋ, ਪਸੰਦ ਆਊਗੀ ਸਾਰੇ ਵੀਰਾਂ ਦੇ, ਅਤੇ ਜ਼ਰੂਰ ਤੁਸੀਂ ਖਰੀਦ ਕਰ ਸਕਦੇ ਜੇ ਇੱਕ ਬਹਿਣੀ ਵਾਲੇ ਪਾਸਿਓਂ ਤੁਸੀਂ ਆ ਥਣ ਜ਼ਰੂਰ ਦੇਖ ਲਓ। ਠੀਕ ਆ ਅਤੇ ਭਿੰਦੇ ਬਾਈ ਕੀ ਇਹਦੀ ਮੰਗ ਕਰਾਂਗੇ? ਮੰਗ ਤਾਂ ਭਾਅ ਜੀ ਜਿੰਨੀ ਮਰਜ਼ੀ ਕਰੀਏ, ਵੇ ਲਓ ਇਹੋ ਜਿਹੇ ਵਹਿੜਾਂ ਦੇ 1, 5, 10 ਵੀ ਕਰੀ ਜਾਂਦੇ ਆ, ਆਪਾਂ 95,000 ਮੰਗ ਕਰਦੇ ਹਾਂ। ਹਾਂਜੀ 90 ਦੀ ਵਹਿੜ ਦੇ ਦਾਂਗੇ। 90 ਦੀ? ਹਾਂ, ਉਹ 'ਚ ਮਾਨ ਤਾਨ ਕਰ ਦਾਂਗੇ ਜਿਹੜੇ ਵੀਰ ਨੇ ਦੂਰੋਂ ਆਉਣਾ ਵਾ। 4 ਦੰਦ ਮੂੰਹੋਂ ਵਹਿੜ ਵਾ, ਜਿਹੜਾ ਮਰਜ਼ੀ ਵੀਰ ਆ ਕੇ ਮੂੰਹੋਂ ਫੜ ਲੇ ਵੇਖ ਸਕਦਾ ਆ ਕੇ। ਬਾਕੀ ਥਣ ਭਾਂਡਾ ਪੂਰਾ ਬੈਡ ਬਣਾਉਂਗੀ, ਅਰੇ ਵੀ ਕੱਲ ਦੀ ਆਉਣੀ ਸ਼ੁਰੂ ਹੋਈ ਆ। ਬਿਲਕੁਲ ਬਿਲਕੁਲ ਹਾਂਜੀ, ਅਰੇ ਤਾਂ ਕੋਈ ਪੁੜਾ ਪੜਾ ਨਹੀਂ ਕੋਈ ਖਿੱਚਿਆ, ਵੀ ਦਿਨ ਹਫ਼ਤਾ ਖੜ ਸਕਦੀ ਆ। ਠੀਕ ਆ ਜੀ, ਬਾਕੀ ਲੱਥਣੀ ਵੀ ਦੋਸਤੋ ਕੱਲ੍ਹ ਦੀ ਵੀਰਾਂ ਦਾ ਵੀ ਸ਼ੁਰੂ ਹੋਈ ਆ ਅਤੇ ਬਣੂਗੀ ਪੂਰਾ। ਠੀਕ ਆ, ਵੈਸੇ ਆਪਾਂ ਹਫ਼ਤਾ ਮੰਨ ਕੇ ਚੱਲਦੇ ਹਾਂ ਵੀ 2-4 ਦਿਨਾਂ 'ਚ ਪਛਾਣ ਨਹੀਂ ਆਉਣੀ ਕਿ ਜਿਹੜਾ ਵੀਰ ਲੈ ਵੀ ਜਾਊਗਾ ਦੋਸਤੋ, ਵੀ ਤੁਸੀਂ ਇੱਕ ਬਾਅਦ ਵਿੱਚ ਵੀ ਤੁਸੀਂ ਗੱਲ ਨੋਟ ਕਰ ਲਿਓ, ਪਛਾਣ ਨਹੀਂ ਆਉਣੀ ਕਿ ਕਿਉਂਕਿ ਲੜਾ ਲੁੜਾ ਤੁਸੀਂ ਵੇਖੋ, ਮੋਟੀਆਂ ਲੜਾ ਅਤੇ ਪੂਰਾ ਚੱਡਾ ਜਿਹੜਾ ਦੋਸਤੋ ਬਣਾ ਕੇ ਤਿਆਰ ਕਰੂਗੀ। ਅਤੇ ਡਿਮਾਂਡ ਤੁਹਾਨੂੰ ਦੱਸਦੀ ਹੈ ਵਿੱਚੋਂ ਥੋੜ੍ਹਾ ਬਹੁਤਾ ਜੋ ਵੀ ਗੁੰਜਾਇਸ਼ ਆ ਮਾਣ ਤਣ ਉਹ ਹੋਜੂਗਾ ਮੌਕੇ 'ਤੇ। ਠੀਕ ਆ, ਸੋ ਕੱਦ ਵਜਨ ਪੂਰਾ ਵੱਡਾ ਇਹ ਜ਼ਰੂਰ ਤੁਸੀਂ ਆਈਡੀਆ ਰੱਖ ਕੇ ਸੌਦਾ ਕਰਿਓ। ਅਤੇ ਅਗਲੇ ਪਾਸੇ ਵੀਰ ਆ ਗਈ ਆਪਣੇ ਕੋਲ 3 ਨੰਬਰ 'ਤੇ। ਹਾਂਜੀ, ਇਹਦੀ ਡਿਟੇਲ, ਇਹ ਵੀ ਗੱਭਣੀ ਆ? ਇਹ ਵੀ ਭਾਅ ਜੀ ਗੱਭਣੀ ਆ। ਅੱਛਾ ਜੀ, ਹਾਂਜੀ, ਇਹ 9ਵੇਂ ਸੂਬੇ ਫਿਰ ਸੁਣ ਜਾਰੀ ਆ ਭਾਅ ਜੀ, ਆਪਾਂ ਜਿਨ੍ਹਾਂ ਤੋਂ ਲਈ ਉਹਦੇ ਦੂਜਾ ਸੂਗਾ ਕਹਿੰਦੇ ਸੀ, ਦੂਜਾ ਬਾਕੀ ਵੀਰ ਜਿਹੜਾ ਵੀ ਚਲੋ ਜਿੰਨੇ ਲੈਣੀ ਭਲਾ ਵੇਖ ਲਏ, ਤੀਜਾ ਮੰਨ ਲਏ ਦੂਜਾ ਮੰਨ ਲਏ। ਅੱਛਾ ਜੀ, ਹਾਂਜੀ ਠੀਕ ਆ ਜੀ। ਹਾਂਜੀ ਲਓ ਵੀ ਦੋਸਤੋ, ਸੂਆ ਦੂਜਾ ਮੰਨ ਕੇ ਵੀਰਾਂ ਦਾ ਖਰੀਦੀਏ, ਬੇਸ਼ੱਕ ਅੱਗੇ ਤੀਜਾ ਮੰਨ ਕੇ ਕੋਈ ਸੌਦਾ ਕਰ ਲਏ, ਅਤੇ ਦਿਨ ਦੇ ਵੀ ਕੋਈ ਦੱਸੇ ਪਿੱਛੋਂ ਕੋਈ ਆਪਾਂ ਨੂੰ ਦਿਨ ਇਹਨੇ ਉਹ ਵੀ ਮੇਰੇ ਤੋਂ ਕੱਲ੍ਹ ਦੀ ਆਈ ਆ, ਉਹ ਕਹਿੰਦੇ ਵੀ 8-7 ਦਿਨ ਖੜਦੀ ਖੜ ਸਕਦੀ, 8-7 ਦਿਨ ਖੜ ਸਕਦੀ ਭਾਅ ਜੀ, 8-7 ਲੈ ਜੂਗੀ। ਹਾਂਜੀ ਲੈ ਜੂਗੀ, ਠੀਕ ਬਣੂ ਤਣੂਗੇ ਵੀ ਚੰਗੀ ਠੰਡੀ ਠੁੰਡੀ ਇਹ ਵੀ ਬੜੀ ਆ, ਕਦ ਕੁਦ ਇਹਦਾ ਵੀ ਚੰਗਾ ਜੂ ਭਾਅ ਜੀ ਬਹਿ ਜਾ ਥੱਲੇ। ਲਓ ਜੀ, ਸੋ ਬਾਕੀ ਥਣ ਥੁਣ ਦੋਸਤੋ ਪੂਰਾ ਤਸੱਲੀ ਬਖਸ਼ਾ ਪੂਰੀ, ਠੀਕ ਆ ਜੀ, ਚੱਡੇ ਵਾਲੇ ਪਾਸੇ ਪੂਰੀ ਖਬਰਦਾਰ ਬਣੂਗੀ। ਅਤੇ ਆਰਡਰ ਉਡਰ ਦੀ ਕੁਆਲਿਟੀ ਤੁਸੀਂ ਆ ਦੇਖੋ, ਹੁਣ ਫਿਲਹਾਲ ਹਜੇ 7 ਕੁ ਦਿਨ ਕੱਢਦੀ ਆ, ਅਤੇ ਬਿਲਕੁਲ ਮੋਟਾ ਥਣ, ਨੋਕ ਵਾਲਾ ਥਣ ਦੋਸਤੋ, ਹੱਥੀ ਚਬਾਈ ਵਾਲਾ ਥਣ, ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਗੀ। ਬਾਕੀ ਤੁਸੀਂ ਆਣ ਕੇ ਜਦੋਂ ਦੋਸਤੋ ਇੱਥੇ ਦੇਖਦੇ ਜੇ, ਜੋ ਦੱਸੀ ਗਈ ਚੀਜ਼ ਉਹ ਤੁਹਾਨੂੰ ਮਿਲੂਗੀ, ਜੇ ਮੁੱਠੀ ਥਣ ਹੱਥੀ ਚਬਾਈ ਵਾਲਾ ਕਿਹਾ ਗਿਆ ਤਾਂ ਉਹ ਨਿਕਲੂਗਾ। ਠੀਕ ਆ, ਕੋਈ ਛੋਟੇ ਜਿਹੇ ਥਾਨੂੰ ਆਪਾਂ ਹੱਥੀ ਚਬਾਈ ਵਾਲਾ ਥਣ ਨਹੀਂ ਕਹਿੰਦੇ ਗੇ, ਫਿਲਹਾਲ ਇੱਕ ਵਾਰੀ ਆ ਤੁਹਾਨੂੰ ਤੋਰ ਕੇ ਦਿਖਾਉਂਦੇ ਹਾਂ। ਕੱਦ ਵੱਡਾ, ਦੂਜਾ ਸੂਆ ਮੰਨ ਕੇ ਖਰੀਦੀਏ, ਚਾਹੇ ਅੱਗੇ ਕੋਈ ਤੀਜਾ ਮੰਨ ਕੇ ਖਰੀਦ ਲਏ। ਅਤੇ ਬਾਕੀ ਵੀਰ 4 ਥਣਾਂ ਦੀ ਤਿੱਪਣ ਆਪਦੀ ਤਸੱਲੀ ਆਪਣੀ? ਹਾਂਜੀ ਹਾਂਜੀ ਵੀਰ ਜੀ, ਜਿਹੜੇ ਵੀ ਵੀਰ ਨੇ ਆਉਣਾ ਵਾ ਆਪਣੀ ਵੀ ਸਾਈ ਪਾਵੇ, ਆਣ ਕੇ ਪੂਰੀ ਰੀਨ ਤਸੱਲੀ ਕਰੇ। ਲਓ ਜੀ, ਸੋ ਕਰੋ ਚੈੱਕ, ਠੀਕ ਆ ਜੀ, ਪੂਰੀ ਵੱਡਾ ਕੱਦ ਬੈਠ ਦਾ, ਕੱਦ ਵੱਡਾ, ਅਤੇ ਆਹ ਦੇਖੋ ਜੀ ਠੰਡੀ ਠੁੰਡੀ ਬੜੀ ਛਾ। ਲਓ ਜੀ, ਠੀਕ ਆ, ਠੀਕ ਆ ਜੀ, ਮੋੜ ਦੇਈਏ। ਸੋ ਕੱਦ ਵੱਡਾ ਦੋਸਤੋ, ਬਾਕੀ ਦਿਨ ਹਜੇ 5-7 ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰੇ, ਕਿਉਂਕਿ ਦਿਨ ਹਜੇ ਲੈ ਜਾਂਦਾ ਪਸ਼ੂ ਐਨੀਮਲ, ਕਿਉਂਕਿ ਜਿੰਨਾ ਕੁ ਬੰਨਣਾ ਹੁੰਦਾ ਓਨੀ ਕੁ ਤਿਆਰੀ ਕਰਕੇ ਫਿਰ ਹੀ ਸੁਣਦਾ।
ਅਤੇ ਬਾਕੀ ਥਾਣਾ ਥੂਣਾ ਵਾਲੇ ਪਾਸਿਓ ਬੇਫਿਕਰੀ ਆ, ਕੋਈ ਵੀ ਰੱਬ ਦੀ ਤਸੱਲੀ ਨਾਲ ਜਿਹੜਾ ਦੋਸਤੋ ਤੁਸੀਂ ਸੌਦਾ ਕਰ ਸਕਦੇ ਜੇ ਥਾਣਾ ਹੱਥੀ ਚਵਾਈ ਵਾਲਾ ਨਿਕਲੂਗਾ ਅਤੇ ਹੈ ਵੀ ਪੂਰਾ ਵੇਖੋ ਜੀ ਠੀਕ ਆ। ਸੋ ਬਾਕੀ ਕੱਦ ਕੁੱਦ ਆਲਮੋਸਟ ਜਿੰਨੀਆਂ ਵਿਹੜਾਂ ਦਿਖਾਉਣੀਆਂ ਜਾਂ ਦਿਖਾਈਆਂ ਸਾਰੀਆਂ ਦੇ ਵੱਡੇ ਹੀ ਕੱਦ ਨੇ, ਇਹਦਾ ਵੀਰ ਕੀ ਕਰਾਂਗੇ ਮੰਗ ਪਿੰਦੇ ਬਾਈ? ਮੁੱਲ ਤਾਂ ਭਾਅ ਜੀ ਭਾਲਾ 65 ਕਰ ਲਈਏ, 70 ਕਰ ਲਈਏ, 60 'ਚੋਂ ਮਾਨਦਾਨ ਕਰ ਦਾਂਗੇ। ਇਹ 60 'ਚ ਹੋ ਜੂਗਾ ਮਾਨਦਾਨ? ਹਾਂਜੀ ਠੀਕ ਹੈ ਜੀ। 2000 ਰੁਪਈਆ 600 ਮਾਨਦਾਨ ਕਰ ਦਾਂਗੇ, ਜਿਹੜੇ ਵੀਰ ਨੇ ਦੂਰੋਂ ਨੇੜੇ ਆਉਣਾ ਹੋਰ ਮਾਨਦਾਨ ਹੋ ਜੂਗਾ। ਠੀਕ ਆ ਜੀ। ਸੋ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਹੋਰ ਜਿਹੜੀ ਸੂਈ ਸਵਾਈ ਵੈੜ ਦਿਖਾਉਣੀ ਹੈ ਦੋਸਤੋ, ਕਿਉਂਕਿ 2 ਸੂਈਆਂ ਅਤੇ 2 ਹੀ ਗੱਬਣ ਸੀਗੀਆਂ। ਅਤੇ ਇਹ ਬਾਈ ਪਿੰਦੇ ਇਹਦਾ ਸੂਆ ਦੱਸ ਸੀਗੇ ਅਤੇ ਦਿਨ ਇਹਨੂੰ ਕਿੰਨੇ ਕੁ ਗਏ ਜੇ? ਇਹਨੂੰ ਭਾਅ ਜੀ 4-5 ਦਿਨ ਹੋਏ, ਦੂਜਾ ਸੂਗਾ ਇਹ ਵੀ ਦੂਜਾ ਸੂਗਾ? ਹਾਂਜੀ ਠੀਕ ਆ। 5-4 ਦਿਨਾਂ ਦੀ? 5-4 ਦਿਨਾਂ ਦੀ ਆ। ਬੱਚਾ ਇਹਦਾ ਮਗਰ ਕੀ? ਮਗਰ ਭਾਅ ਜੀ ਵੱਛੀ ਆ, ਵੱਛੀ ਇਹ ਤਾਂ ਮਗਰ ਵੀ ਵੱਛੀ ਹੈ ਨਾ? ਹਾਂਜੀ। ਦੋ ਮਗਰੀ ਵੱਛੀਆਂ? ਵੱਛੀਆਂ ਦੋਵਾਂ ਮਗਰ। ਲਓ ਜੀ ਦੋ ਮਗਰੀ ਵੱਛੀਆਂ ਦੋਸਤੋ, ਇੱਕ ਪਹਿਲੇ ਨੰਬਰ 'ਤੇ ਆਪਾਂ ਤੁਹਾਨੂੰ ਵੱਛੀ ਦਿਖਾਈ ਸੀ ਚੌਕੀ, ਉਹਦੇ ਮਗਰ ਵੀ ਵੱਛੀ ਆ, ਅਤੇ ਆਹ ਦੂਜਾ ਸੂਆ ਸੂਈ ਆ, ਇਹਦੇ ਮਗਰ ਵੀ ਵੱਛੀ ਆ, 5-5 ਦਿਨਾਂ ਦੀ ਸਾਰੀ ਸੂਈ ਆ। ਅਤੇ ਬੌਲੇ ਇਹਦੀ ਕੀ ਡਿਟੇਲ ਆ ਜੀ? ਇਹਦੀ ਬੌਲਾ ਬੌਲੇ ਤੋਂ ਬਾਹਰ ਹੀ ਆ ਗਈ ਸਮਝ? ਹਾਂਜੀ ਭਾਅ, ਬੌਲਾ ਗਿਣ ਲਓ, ਦੁੱਧ ਗਿਣ ਲਓ, ਜਿਹੜਾ ਲੀਟਰ ਨਾਲ ਆਪਾਂ ਚਵਾ ਦੇਣਾ ਭਾਅ ਜੀ 14 ਕਿਲੋ ਹੋਊ ਪੱਕਾ। ਠੀਕ ਆ ਜੀ। ਹਾਂਜੀ 2 ਡੰਗ ਮੇਰਾ ਵੀਰ ਜਿਹੜਾ ਮਰਜ਼ੀ ਆ ਕੇ ਚੋਵੇ। ਹਾਂ ਹਾਂਜੀ ਠੀਕ ਆ ਜੀ, 14 ਕਿਲੋ ਪੱਕਾ ਹੋਊ ਵਾਲਾ ਲੀਟਰ ਨਾਲ ਠੰਡਾ ਕਰਕੇ ਮਿਲ। ਤੇ ਮਿਲਣ ਮਿਲਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਜੇ ਭਾਜੀ ਹੁਣੇ ਭਲਾ ਬੱਚਾ ਲਾ ਲਓ, ਕੋਈ ਗੱਲ ਨਹੀਂ? ਵੰਗਾ ਵੁੰਗਾ ਪਾ ਲਈਦਾ? ਵੰਗਾ ਪਾਉਂਦੇ ਭਾਜੀ? ਠੀਕ ਆ ਜੀ। ਹਾਂਜੀ ਲਓ ਦੋਸਤੋ, ਮੋਸਟਲੀ ਵੰਗਾ ਵੁੰਗਾ ਆਪਾਂ ਪਾ ਗਏ ਪਸ਼ੂ ਦੇ 2 ਡੰਗ ਮੇਰਾ ਵੀਰ ਚੋ ਕੇ ਖੜੇ। ਠੀਕ, ਬਾਕੀ ਗੱਲ ਸੰਧੂ ਸਾਹਿਬ ਆਪਾਂ ਇਹ ਕਹਿੰਦੇ ਹਾਂ ਵੀ ਜਿਹੜਾ ਵੀਰ ਸਾਈ ਪਾਉਂਦਾ ਵਾ ਉਹਨੂੰ ਆਣ ਕੇ ਸਤਲੀ ਕਰਨੀ ਚਾਹੀਦੀ। ਕਈ ਵੀਰ ਕਹਿੰਦੇ ਆ ਵੀ 1 ਦਿਨਾਂ ਨੂੰ ਆਵਾਂਗੇ, 2 ਦਿਨਾਂ ਨੂੰ ਆਵਾਂਗੇ, ਫਿਰ ਭਾਜੀ ਥੋੜਾ ਡੰਗਰ ਵੇਚਣਾ ਔਖਾ ਹੋ ਜਾਂਦਾ। ਚਲੋ ਕੋਈ 12 ਘੰਟਿਆਂ ਦੇ ਜਾਂ ਅੱਜ ਸ਼ਾਮ ਨੂੰ ਕੀਤੀ ਅਗਲੇ ਦਿਨ ਆ ਜਾਵੇ ਸਹੀ? ਆ ਜਾਵੇ, ਆ ਕੇ ਆਣ ਕੇ 2 ਡੰਗ ਚੋਵੇ ਵੀ ਵਿਆਹ ਸ਼ਾਦੀ ਤੇ ਗਿਆ ਜਾਂ ਇੱਧਰ ਗਏ ਉੱਧਰ ਗਏ, ਫਿਰ 3-4 ਦਿਨ ਟਪਾ ਦੇ, ਉਹ ਗੱਲ ਗਲਤ ਉਹ ਗੱਲ ਗਲਤ ਵਾ 2 ਡੰਗ ਆਪਣੀ ਚੋ ਕੇ ਖੜੇ। ਬਿਲਕੁਲ, ਹਰ ਵਾਰੀ ਕਹਿੰਦੇ ਆ ਵੀਰ ਪਿੰਦੇ ਆਪਾਂ, ਹਾਂਜੀ ਜਿਹੜਾ ਪਸ਼ੂ ਸੋਇਆ ਆਪਦਾ ਪੂਰਾ ਆਪਦੇ ਹੱਥੀਂ ਤੇ ਅੱਖੀਂ ਵੇਖ ਕੇ ਜ਼ਰੂਰ ਘਰੇ ਖਰੀਦਿਆ ਕਰੋ। ਅਤੇ ਲਓ ਜੀ ਸੋ 14 ਕਿਲੋ ਦੁੱਧ, ਹਾਂਜੀ 14 ਕਿਲੋ ਭਾਜੀ ਪੱਕਾ ਹੋਊ ਜਿਹੜਾ ਕਿ ਸੌਦਾ ਕਰ ਸਕਦਾ 14 ਕਿਲੋ ਤੇ 5ਵਾਂ ਦਿਨ ਚੱਲਣ ਦੇ ਹਾਂਜੀ 5ਵਾਂ ਦਿਨ 14 ਕਿਲੋ। ਹਾਂਜੀ ਹਾਂਜੀ ਠੰਡੀ ਠੰਡੀ ਬੜੀ ਵਾ ਇੱਦਾਂ ਪੈਰ। ਠੀਕ ਹੈ ਜੀ, ਹਾਲ ਬਾਕੀ ਚੜੂਗੀ ਦੁੱਧੋਂ ਹੌਲੀ ਹੌਲੀ ਚੜੂ ਚੜੂਗੀ ਭਾਜੀ ਚੜੂਗੀ, ਜਾਤ ਬਰੀਡ ਵਾਲੀ ਆ, ਠੀਕ ਹੈ, ਜਰਸੀ ਕਰਾਸ ਜਾਂ ਪੱਖ ਰੱਖਦੀ ਆ ਚੜੂਗੀ। ਠੀਕ ਆ, ਉਹ ਮਾੜਾ ਬੱਚੇ ਨੇ ਮਾਰਿਆ ਕੋਈ ਨਿਯੰਤਰ ਜੀ ਦੰਦ ਜਾਂ? ਹਾਂਜੀ ਹਾਂਜੀ, ਹੈ ਨਾ ਬੱਚੇ ਨੇ ਮਾਰਿਆ ਥੋੜਾ ਜਿਹਾ ਦੰਦ ਜਾਂ ਮਾਰਿਆ, ਬਾਕੀ ਉਹ ਜ਼ਖਮ ਵਾਲੀ ਗੱਲ ਨਹੀਂ ਭਾਜੀ ਹੈਗੀ, ਮਾੜਾ ਆ ਜਾਈ ਆ, ਜਗਮਾੜਾ ਛਿਲਤਰ ਜੀ ਆ। ਹਾਂਜੀ ਮਾੜੀ, ਠੀਕ ਆ ਜੀ, ਛਿਲਤ ਜੀ ਮਾੜੀ ਜੀ। ਹਾਂ ਲੈ ਵੀ ਲਓ ਦੋਸਤੋ, 14 ਕਿਲੋ ਹਾਜ਼ਰ ਹਾਜ਼ਰ ਤਾਂ ਨਹੀਂ ਆਪਾਂ ਕਹਾਂਗੇ ਵੀ ਬਿਲਕੁਲ ਸ਼ੁਰੂਆਤੀ ਦੌਰ ਦੇ ਵਿੱਚ 14 ਕਿਲੋ ਕਾਊਂਟ ਕਰ ਸਕਦਾ ਕੋਈ ਵੀਰ, ਦੁੱਧ ਉਹ ਹਜੇ ਚੱਲੂਗੀ ਮੈਲਿਓ ਮਲਿਓ ਕਰਮਾਂ ਵਾਲੀ ਚੱਲੂਗੀ, ਅਤੇ ਦੁੱਧ ਜਿਹੜਾ ਦੋਸਤੋ ਹਜੇ ਵਧਣਾ ਇਨਕਰੀਜ਼ ਹੋਣਾ, ਅਤੇ ਬਾਕੀ ਹਜੇ ਕੁਝ ਕੁ ਦਿਨਾਂ ਦੀ ਸੂਈ ਆ, ਦਿਨ ਵੀ ਤੁਹਾਨੂੰ ਜਿਹੜੇ ਨੋਟ ਕਰਵਾ ਤੇ ਆ ਵੀ 5 ਕੁ ਦਿਨ ਹਜੇ ਸਾਰਾ ਸਮਾਂ ਹੋਇਆ ਸੂਈ ਨੂੰ, ਲਿਓ ਜੀ ਹਾਂਜੀ ਠੀਕ ਆ। ਸੋ ਦੋਵੇਂ ਵਹਿਣਾ ਦੋ ਮਗਰੀ ਵੱਛੀਆਂ ਦੋਸਤੋ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਦੇ ਹਾਂ, ਅਤੇ ਬਹੁਤੇ ਵੀਰ ਸਕਿੱਪ ਕਰਕੇ ਵੀਡੀਓ ਦੇਖਦੇ ਆ, ਸੋ ਵੀਡੀਓ ਸਕਿੱਪ ਕਰਕੇ ਨਾ ਦੇਖਿਆ ਕਰੋ, ਰੂਟੀਨ ਦੇ ਵਿੱਚ ਬਿਲਕੁਲ ਕੰਟੀਨਿਊਸ ਦੇਖਿਆ ਕਰੋ ਵੀਡੀਓ ਨੂੰ, ਠੀਕ ਆ ਜੀ, ਫਿਰ ਪਤਾ ਲੱਗ ਜਾਂਦਾ ਤੁਹਾਨੂੰ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਦਾ, ਅਤੇ ਬਾਅਦ ਵਿੱਚ ਫਿਰ ਤੁਸੀਂ ਦੁਬਾਰਾ ਜਿਹੜਾ ਕਾਲ ਕਰਕੇ ਫੋਨ ਕਰਕੇ ਉਹੀ ਗੱਲਾਂ ਜਿਹੜੀਆਂ ਦੋਸਤੋ ਕਈ ਵੀਰ ਵਾਰ ਵਾਰ ਪੁੱਛਦੇ ਆ, ਠੀਕ ਆ। ਠੀਕ ਆ ਠੀਕ ਆ ਠੀਕ ਆ ਠੀਕ ਆ
ਅੱਛਾ ਤੇ ਕਿੰਨਾ ਮੁੱਲ ਵੀਰੇ ਪਿੰਦੇ ਰਹੂਗਾ ਇਹਦਾ ਫਿਰ ਲੈਣ ਦੇ ਜੀ ਮੁੱਲ ਇਹਦਾ ਵੀ 60 ਕਰਦੇ ਆ 60 ਚ ਮਾਨ ਤਾਨ ਕਰਦਾ ਖੁੱਲਾ ਇਹਦਾ ਵੀ 60 2000 ਮਾਨ ਕਰਦਾਂਗੇ ਇਹ ਚੋਂ ਇਹ ਵੀ 58 ਦੀ 58 ਦੇ ਦਾਂ ਹੋਰ ਕਰਦਾਂਗੇ 1000 ਰੁਪਏ ਮਾਨ ਕਰ ਦਿਓ ਖੁੱਲਾ ਹੈ ਕਰਦਾਂਗੇ ਸੱਜਣ ਆਪਣੇ ਨਾਲ ਜੁੜੇ ਆ ਜਿੰਨਾ ਵੀ ਹੋ ਸਕਦਾ ਜ਼ਰੂਰ ਮਾਨ ਤਾਨ ਕਰਨਾ ਦੇ ਦਾਂਗੇ ਭਾਜੀ ਕਿਉਂਕਿ ਐ ਨਾ ਵੀ ਕਈ ਵਾਰ ਕਿਸੇ ਦਾ ਸਫ਼ਰ ਅੱਗਾ ਪਿੱਛੇ ਜ਼ਰੂਰ ਦੇਖ ਲਈਦਾ ਵੀ ਦੂਰੋਂ ਨੇੜੇ ਕੋਈ ਆ ਰਿਹਾ ਦੂਰੋਂ ਨੇੜੇ ਜਿੰਨੇ ਆਉਣਾ ਕੋਈ ਨਹੀਂ ਕਰਦਾਂਗੇ ਹਾਂ ਬਿਲਕੁਲ 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 56000 ਦੀ ਦੇ ਦਾਂਗੇ 56 ਦੀ ਦੇ ਦਾਂਗੇ ਭਾਜੀ ਲਓ ਜੀ 56000 ਦੀ ਦੋਸਤੋ ਜਿਹੜੀ ਹਾਂ ਨਾ ਤੁਹਾਨੂੰ ਹੋ ਜੂਗੀ ਮਿਲ ਜੂਗੀ ਇਹ ਬੈਡ ਠੀਕ ਆ ਜੀ ਮਗਰ ਵੀ ਬੱਚੀ ਆ ਪੂਰੀ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਸੋ ਬਾਕੀ ਸੌਦਾ ਤੁਸੀਂ ਕਰ ਸਕਦੇ ਜੇ ਨੰਬਰ ਆਪਾਂ ਪੁੱਛ ਲੈਂਦੇ ਹਾਂ ਵੀਰ ਤੋਂ ਅਤੇ ਭਿੰਦੇ ਭਾਈ ਬੋਲ ਦੇਗੇ ਨੰਬਰ ਹਾਂਜੀ 73411 ਹਾਂਜੀ 65683 ਹਾਂਜੀ ਹਾਂਜੀ ਇੱਕੋ ਨੰਬਰ ਹੀ ਆਪਣੇ ਕੋਲ ਇੱਕੋ ਇੱਕੋ ਭਾਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਬਾਈ ਭਿੰਦਾ ਅਤੇ ਇਸ ਕਰਕੇ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ